ਦਿੱਲੀ ਦੇ ਵਿੱਚ ਖਾਸ ਤੌਰ ਦੇ ਉੱਤੇ ਈਡੀ ਨੇ ਮੁੱਖ ਮੰਤਰੀ ਤੋਂ ਲੈ ਕੇ ਸਿੱਖਿਆ ਮੰਤਰੀ, ਸਿਹਤ ਮੰਤਰੀ ਤੱਕ ਨੂੰ ਵੀ ਨਹੀਂ ਬਖਸ਼ਿਆ। ਅਤੇ ਆਛੀ ਜਿਹੜੇ ਉੱਥੋਂ ਦੇ ਮੰਤਰੀ ਨੇ ਉਹ ਕਹਿੰਦੇ ਨੇ ਕਿ ਸਾਡੇ ਜਿਹੜੇ ਲੀਡਰ ਨੇ ਉਹਨਾਂ ਨੂੰ ਜਾਣ ਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਸਾਨੂੰ ਡਰਾਇਆ ਜਾ ਰਿਹਾ, ਧਮਕਾਇਆ ਜਾ ਰਿਹਾ। ਜਿਹੜਾ ਅਰਵਿੰਦ ਕੇਜਰੀਵਾਲ ਦੇ ਵਿੱਚ ਸਕੱਤਰ ਹੈਗੇ ਨੇ, ਪਰਸਨਲ ਸਕੱਤਰ ਜਿਹਨੂੰ ਕਹਿੰਦੇ ਆ, ਉਹ ਸਕੱਤਰ ਵਿਭਵ ਕੁਮਾਰ ਅਤੇ ਰਾਜ ਸਭਾ ਮੈਂਬਰ ਐਨ ਡੀ ਗੁਪਤਾ, ਦਿੱਲੀ ਜਲ ਬੋਰਡ ਦੇ ਸਾਬਕਾ ਸਕੱਤਰ ਸਲਭ ਕੁਮਾਰ, ਸੀ ਏ ਪੰਕਜ ਮੰਗਲ ਸਮੇਤ ਆਮ ਆਦਮੀ ਪਾਰਟੀਆਂ ਜੁੜੇ ਲੋਕ ਹੋਰ ਲੋਕਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। 2 ਸਾਲਾਂ ਤੋਂ ਸਾਡੇ ਨਾਲ ਈਡੀ ਇਹੋ ਜਿਹਾ ਵਿਵਹਾਰ ਕਰ ਰਹੀ ਆ, ਪਰ ਕਹਿੰਦੇ ਘਪਲੇ ਕੀਤੇ ਨੇ, ਬਹੁਤ ਘਪਲੇ ਕੀਤੇ ਨੇ, ਪਰ ਕਮਾਲ ਦੀ ਗੱਲ ਆ ਕਿ ਸਾਡੇ 1 ਵੀ ਰੁਪਈਆ ਸਾਡੇ ਕੋਲ ਬਰਾਮਦ ਕਰਾ। ਜੀ ਬਿਲਕੁਲ ਜੀ, ਈਡੀ ਵੱਖ ਵੱਖ ਲੀਡਰਾਂ ਦੇ ਉੱਤੇ ਸ਼ਿਕੰਜਾ ਕੱਸ ਰਹੀ ਹੈ, ਅਤੇ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਦੇ ਵਿੱਚ ਖਾਸ ਤੌਰ ਦੇ ਉੱਤੇ ਈਡੀ ਨੇ ਮੁੱਖ ਮੰਤਰੀ ਤੋਂ ਲੈ ਕੇ ਸਿੱਖਿਆ ਮੰਤਰੀ, ਸਿਹਤ ਮੰਤਰੀ ਤੱਕ ਨੂੰ ਵੀ ਨਹੀਂ ਬਖਸ਼ਿਆ। ਅਤੇ ਹੁਣ ਈਡੀ ਨੇ ਕੱਲ੍ਹ ਵੀ ਛਾਪੇਮਾਰੀ ਕੀਤੀ ਹੈ, ਅਤੇ ਇੱਕ ਜਲ ਬੋਰਡ ਦਾ ਇੱਕ ਘੁਟਾਲਾ ਸੀਗਾ, ਉਹਦੇ ਵਿੱਚ ਇਹ ਪੁੱਛਗਿੱਛ ਕੀਤੀ ਜਾਣੀ ਹੈ। ਅਤੇ ਆਛੀ ਜਿਹੜੇ ਉੱਥੋਂ ਦੇ ਮੰਤਰੀ ਨੇ ਉਹ ਕਹਿੰਦੇ ਨੇ ਕਿ ਸਾਡੇ ਜਿਹੜੇ ਲੀਡਰ ਨੇ ਉਹਨਾਂ ਨੂੰ ਜਾਣ ਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਸਾਨੂੰ ਡਰਾਇਆ ਜਾ ਰਿਹਾ, ਧਮਕਾਇਆ ਜਾ ਰਿਹਾ। ਅਤੇ ਕੇਜਰੀਵਾਲ ਸਾਹਿਬ ਨੇ ਵੀ ਪੋਸਟਾਂ ਕਈ ਤਰ੍ਹਾਂ ਦੀਆਂ ਪਾ ਦਿੱਤੀਆਂ, ਉਹ ਕਹਿੰਦੇ ਜੀ ਫਲਾਣੇ ਬੰਦੇ ਦੇ ਘਰੇ ਰੇਡ ਹੋਈ, ਕੁਝ ਨਹੀਂ ਮਿਲਿਆ, ਦੂਜੇ ਬੰਦੇ ਦੇ ਘਰੇ ਰੇਡ ਹੋਈ, ਖਾਲੀ ਹੱਥ ਪਰਤੀ ਈਡੀ ਦੀ ਟੀਮ। ਯਾਨੀ ਕਿ ਸਾਡੇ ਕੋਲ ਕੁਝ ਵੀ ਨਹੀਂ, ਕੋਈ ਪੈਸਾ ਨਹੀਂ, ਕੋਈ ਸਾਡੇ ਕੋਲ 2 ਨੰਬਰ ਦੀ ਕੋਈ ਕਮਾਈ ਨਹੀਂ ਹੈਗੀ, ਪਰ ਫਿਰ ਵੀ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ। ਕੱਲ੍ਹ ਜੀ ਜਿਹੜਾ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਕੱਤਰ ਹੈਗੇ ਨੇ, ਪਰਸਨਲ ਸਕੱਤਰ ਜਿਹਨੂੰ ਕਹਿੰਦੇ ਆ, ਉਹ ਸਕੱਤਰ ਵਿਭਵ ਕੁਮਾਰ ਅਤੇ ਰਾਜ ਸਭਾ ਮੈਂਬਰ ਐਨ ਡੀ ਗੁਪਤਾ, ਦਿੱਲੀ ਜਲ ਬੋਰਡ ਦੇ ਸਾਬਕਾ ਸਕੱਤਰ ਸਲਭ ਕੁਮਾਰ, ਸੀ ਏ ਪੰਕਜ ਮੰਗਲ ਸਮੇਤ ਆਮ ਆਦਮੀ ਪਾਰਟੀਆਂ ਜੁੜੇ ਲੋਕ ਹੋਰ ਲੋਕਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ ਕੱਲ੍ਹ ਈਡੀ ਨੇ। ਛਾਪੇਮਾਰੀ ਦੇ ਵਿੱਚ ਭਾਵੇਂ ਕਿ ਅਜੇ ਇਹ ਨਹੀਂ ਪਤਾ ਲੱਗਿਆ ਵੀ ਕੁਛ ਮਿਲਿਆ ਵੀ ਹੈਗਾ ਉਹਨਾਂ ਤੋਂ, ਪਰ ਅਧਿਕਾਰ ਸੂਤਰ ਜਿਹੜੇ ਹੈਗੇ ਆ, ਇੱਕ ਅਖਬਾਰ ਛਾਪਦਾ ਪੰਜਾਬ ਦਾ, ਪੰਜਾਬ ਦੀ ਆਵਾਜ਼ ਅਖਬਾਰ ਹੈਗਾ, ਪੰਜਾਬ ਦੀ ਆਵਾਜ਼ ਉਹਦਾ ਸਲੋਗਨ ਹੈਗਾ, ਉਹ ਅਖਬਾਰ ਛਾਪਦਾ ਕਿ 21 ਕਰੋੜ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਦੀ ਜਾਂਚ ਤਹਿਤ ਵਿਵੇਕ ਕੁਮਾਰ ਵਰਗੇ ਹੋਰ ਉਹਨਾਂ ਦੇ ਛਾਪੇਮਾਰੀ ਕੀਤੀ ਹੈਗੀ ਆ। ਆਤਸ਼ੀ ਨੇ ਗੱਲ ਕੀਤੀ ਹੈ ਪ੍ਰੈਸ ਕਾਨਫਰੰਸ ਕਰਕੇ ਕਿ ਕਈ ਸਵਾਲ ਖੜ੍ਹੇ ਹੋਏ ਨੇ ਕੇਂਦਰੀ ਏਜੰਸੀ ਦੇ, ਮਨੀ ਲਾਂਡਰਿੰਗ ਦੇ ਦੋਸ਼ਾਂ ਵਿੱਚ ਜਾਂਚ ਦੌਰਾਨ ਜਿਹੜੇ ਜੋ ਵੀ ਆਡੀਓ ਕਲਿੱਪ ਆਈਆਂ ਨੇ ਉਹਨਾਂ ਦੇ, ਜਿਹੜੇ ਕਿ ਉਹ ਸੀਗੇ ਗਵਾਹ ਸੀਗੇ, ਉਹਨਾਂ ਦੀ ਆਡੀਓ ਕਲਿੱਪ ਜਿਹੜੀ ਹੈਗੀਆਂ ਉਹ ਟੈਂਪਰ ਕੀਤੀਆਂ ਨੇ, ਅਤੇ ਜਿਸ ਤੋਂ ਲੱਗਦਾ ਕਿ ਈਡੀ ਜਿਹੜੀ ਹੈਗੀ ਆ ਉਹ ਸਾਡੇ ਨਾਲ ਕੋਈ ਵਧੀਆ ਵਿਵਹਾਰ ਨਹੀਂ ਕਰ ਰਹੀ। ਅਸੀਂ 2 ਸਾਲਾਂ ਤੋਂ ਸਾਡੇ ਨਾਲ ਈਡੀ ਇਹੋ ਜਿਹਾ ਵਿਵਹਾਰ ਕਰ ਰਹੀ ਆ, ਪਰ ਕਹਿੰਦੇ ਘਪਲੇ ਕੀਤੇ ਨੇ, ਬਹੁਤ ਘਪਲੇ ਕੀਤੇ ਨੇ, ਪਰ ਕਮਾਲ ਦੀ ਗੱਲ ਆ ਕਿ ਸਾਡੇ 1 ਵੀ ਰੁਪਈਆ ਸਾਡੇ ਕੋਲੋਂ ਬਰਾਮਦ ਨਹੀਂ ਕਰਾ ਸਕੀ ਈਡੀ। ਜਿਹੜੇ ਇਨਫੋਰਸਮੈਂਟ ਡਾਇਰੈਕਟਰ ਹੈਗਾ ਸਾਡੇ ਕੋਲੋਂ 1 ਵੀ ਰੁਪਈਆ, ਜੇਕਰ ਸਾਡੇ ਕੋਲ ਪੈਸੇ ਨਹੀਂ ਕੋਈ ਮਿਲਿਆ ਹੈਗਾ ਤਾਂ ਫਿਰ ਉਹ ਘਪਲਾ ਕਿੱਥੇ ਹੋ ਗਿਆ। ਘਪਲਾ ਤਾਂ ਨਾ ਜੀ ਕੇਸ ਪ੍ਰੋਪਰਟੀ ਦੇ, ਕੇਸ ਪ੍ਰੋਪਰਟੀ ਵਿੱਚ ਧਰਮਿੰਦਰ ਜੀ ਆਉਣਾ ਚਾਹੀਦਾ ਇਹ, ਜੇ ਕੇਸ ਚੱਲ ਰਿਹਾ ਕੇਸ ਪ੍ਰੋਪਰਟੀ ਵਿੱਚ ਮਾਮਲਾ ਘਪਲੇ ਦਾ ਹੈਗਾ ਤਾਂ ਉਹਦੇ ਪੈਸਾ ਘਪਲਾ ਕੀ ਹੋਇਆ, ਪੈਸੇ ਦਾ ਹੋਇਆ ਕਿ ਮਿੱਟੀ ਦਾ ਹੋਇਆ, ਮਤਲਬ ਕਿਸ ਪ੍ਰੋਪਰਟੀ 'ਚ ਆਵੇਗਾ ਨਾ। ਜੇਕਰ ਕਿਤੇ ਕੋਈ ਕਿਸੇ ਨੇ ਕੋਈ ਗੋਲੀ ਮਾਰੀ ਆ ਕਿਸੇ ਦੇ, ਤਾਂ ਉਹਨਾਂ ਨੂੰ ਉਹ ਹਥਿਆਰ ਤਾਂ ਬਰਾਮਦ ਕਰਨਾ ਪੈਣਾ ਨਾ ਜਿਸ ਨਾਲ ਗੋਲੀ ਵੱਜੀ ਆ, ਅਤੇ ਵੀ ਉਹ ਕਿੱਥੇ ਹਥਿਆਰ ਹੋ, ਜਿਹੜਾ ਕਿ ਵੈਪਨ ਹੈਗਾ ਜਿਹੜਾ ਕਿ ਵਾਰਦਾਤ ਲਈ ਵਰਤਿਆ ਗਿਆ, ਜਾਂ ਜਿਹੜਾ ਕਿ ਪੈਸਾ ਹੈਗਾ ਉਹ ਵਰਤਿਆ ਗਿਆ। ਇਹੀ ਗੱਲ ਕਹਿੰਦੀ ਆਤਿਸ਼ੀ ਕਿ ਉਹ ਜਿਹੜਾ ਪੈਸਾ ਹੈਗਾ ਸਾਡੇ ਕੋਲੋਂ ਕੁਛ ਵੀ ਮਿਲਿਆ ਨੀਗਾ, ਫਿਰ ਵੀ ਸਾਨੂੰ ਜ਼ਮਾਨਤਾਂ ਤੱਕ ਨਹੀਂ ਮਿਲ ਰਹੀਆਂ, ਅਤੇ ਗਵਾਹਾਂ ਦੇ ਜਿਹੜੇ ਹੈਗੇ ਆ
ਜਿਹੜੇ ਗਵਾਹ ਹੈਗੇ ਆ, ਗਵਾਹਾਂ ਦੇ ਆਡੀਓ ਟੈਂਪਰ ਤੱਕ ਕੀਤੀਆਂ ਨਜ਼ਰ ਆ ਰਹੀਆਂ। ਭਾਵੇਂ ਕਿ ਈਡੀ ਦੀ ਗੱਲ ਕਹਿਤੀ ਹੈ ਕਿ ਅਸੀਂ ਆਤਸ਼ੀ ਦੇ ਖਿਲਾਫ ਕਾਰਵਾਈ ਕਰਾਂਗੇ ਜੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੁੱਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ।